ਸਤਿ ਸ਼੍ਰੀ ਅਕਾਲ ਸਾਰੇ ਕਿਸਾਨਾਂ ਨੂੰ, ਮੈਂ ਗੁਰਦੀਪ ਸਿੰਘ ਅਤੇ ਅੱਜ ਇਹ ਵੀਡੀਓ ਹੈ ਸਾਥੀਓ ਡਰਿੱਪ ਸਿਸਟਮ ਦੇ ਉੱਤੇ। ਬਿਲਕੁਲ ਇਹ ਮਤਲਬ ਇਸ ਨੂੰ ਆਪਾਂ ਟਿੱਬਾ ਹੀ ਬੋਲ ਸਕਦੇ ਹਾਂ। ਟਿੱਬੇ ਵਾਲੇ ਏਰੀਏ ਦੇ ਵਿੱਚ ਇਹ ਕੋਟਨ ਦੀ ਲੱਗੀ ਹੋਈ ਫਸਲ ਤੁਸੀਂ ਡਰਿੱਪ ਦੇ ਉੱਤੇ ਦੇਖ ਸਕਦੇ ਹੋ। ਇੱਥੇ ਆ ਤੁਸੀਂ ਡਰਿੱਪ ਦੇਖ ਸਕਦੇ ਹੋ, ਬੂੰਦ ਬੂੰਦ ਸਿੰਚਾਈ ਦੇ ਨਾਲ ਇਹ ਚੱਲਦਾ ਸਿਸਟਮ। ਇਸ ਨਰਮੇ ਦੇ ਵਿੱਚ ਬਿਲਕੁਲ ਵੀ ਕਾਸੇ ਦੀ ਵੀ ਘਾਟ ਨਹੀਂ ਹੈ, ਇੰਨੀ ਸਪੈਸਿੰਗ ਹੈ ਦੇਖ ਰਹੇ ਹੋ ਤੁਸੀਂ। ਆਪਾਂ ਜਿਹੜੇ ਨਹਿਰੀ ਖੇਤਰਾਂ ਦੇ ਵਿੱਚ ਨਰਮੇ ਲੱਗਦੇ ਹੈ ਉੱਥੇ ਤੁਸੀਂ ਕਿੰਨੀ ਸਪੈਸਿੰਗ ਰੱਖਦੇ ਹੋ, ਇੱਥੇ ਕਿੰਨੀ ਸਪੈਸਿੰਗ ਹੈ। ਅਤੇ ਸਪੈਸਿੰਗ ਦੇ ਨਾਲ ਦੇਖੋ ਨਰਮੇ ਨੇ ਆਪਣੇ ਆਪ ਹੀ ਫੈਲਾਵ ਲੈ ਲਿਆ, ਬਿਲਕੁਲ ਵੀ ਪੂਰਾ ਇਹਦੇ 'ਤੇ ਫਾਲ ਹੈ ਨਰਮੇ 'ਤੇ, ਕੋਈ ਦਿੱਕਤ ਨਹੀਂ ਆ ਰਹੀ ਹੈ ਨਰਮੇ 'ਚ। ਤੁਸੀਂ ਦੇਖ ਰਹੇ ਹੋ ਨਰਮੇ ਦੀ ਹੀ ਲੱਗੀ ਹੋਈ ਫਸਲ ਬਹੁਤ ਵਧੀਆ ਤਰੀਕੇ ਨਾਲ। ਉੱਪਰ ਤੱਕ ਦੇਖੋ ਟਿੱਬੇ ਦੇ ਉੱਪਰ ਲੱਗਿਆ ਹੋਇਆ ਹੈ, ਟਿੱਬੇ ਦੇ ਉੱਪਰ ਨੂੰ ਤੁਸੀਂ ਫਸਲ ਦੇਖ ਸਕਦੇ ਹੋ ਲੱਗੀ ਹੋਈ। ਅਤੇ ਇੰਨੀ ਸਪੈਸਿੰਗ ਹੈ, ਹਵਾ ਲੱਗਦੀ ਹੈ ਨਾ, ਵੀ ਕੋਈ ਪੱਤਾ ਹੈ ਥੱਲੇ ਗਲ ਰਿਹਾ। ਇਹਦਾ ਇਹਦੇ ਵਿੱਚ ਥੋੜ੍ਹੀ ਜਿਹੀ ਫੰਗਸ ਦੀ ਸਮੱਸਿਆ ਹੈ, ਉਹ ਸਪਰੇਅ ਕਰਨ ਵਾਲੀ ਇਹਦੇ ਵਿੱਚ। ਬਾਕੀ ਕੋਈ ਵੀ ਮਤਲਬ ਬੋਲ ਗਲਿਆ ਨਹੀਂ ਹੈ, ਟਿੰਡੇ ਦਾ ਆਕਾਰ ਵੀ ਸਹੀ ਬਣ ਰਿਹਾ ਹੈ ਬਿਲਕੁਲ। ਤਾਂ ਥੋੜ੍ਹੀ ਜਿਹੀ ਮਤਲਬ ਸਪੈਸਿੰਗ ਰੱਖਣੀ ਕੋਟਨ ਦੀ ਫਸਲ ਦੇ ਵਿੱਚ ਜ਼ਰੂਰੀ ਹੈ। ਅੱਗੇ ਤੋਂ ਕਿਸਾਨ ਵੀਰ ਧਿਆਨ ਦੇਣ, ਸਪੈਸਿੰਗ ਰੱਖਣ ਤਾਂ ਬਹੁਤ ਫਾਇਦਾ ਹੁੰਦਾ ਹੈ। ਅਤੇ ਨਾ ਵੀ ਨਾ ਕੋਈ ਰਸਚੂਸਕ ਕੀਟਾਂ ਦਾ ਇਹਦੇ 'ਤੇ ਅਟੈਕ ਹੈ। ਅੱਜ ਇਹ ਫੀਲਡ ਵਿਜਿਟ ਕੀਤਾ ਆਪਾਂ ਦੇਖਿਆ, ਹਰਾ ਤੇਲਾ ਵੀ ਹੈ ਨਹੀਂ ਗਾ ਇਹਦੇ ਵਿੱਚ, ਹੈ ਤਾਂ ETL ਸਤਰ ਤੋਂ ਥੱਲੇ ਹੈ, ਕੋਈ ਦਿੱਕਤ ਨਹੀਂ ਹੈ। ਨਰਮੇ ਲੱਗੀ ਹੋਈ ਤੁਸੀਂ ਕਰੋਪ ਦੇਖ ਸਕਦੇ ਹੋ, ਡਰਿੱਪ ਦੇ ਉੱਤੇ ਇਹ ਨਰਮਾ ਲੱਗਿਆ ਹੋਇਆ। ਠੀਕ ਹੈ ਸਾਥੀਓ, ਇਹੋ ਜਿਹੀਆਂ ਕੋਈ ਹੋਰ ਵੀ ਵੀਡੀਓ ਹੋਈਆਂ ਤੁਹਾਨੂੰ ਤੁਹਾਡੇ ਅੱਗੇ ਜ਼ਰੂਰ ਲੈ ਕੇ ਆਵਾਂਗੇ। ਨਵੀਆਂ ਨਵੀਆਂ ਵੀਡੀਓ ਲੈ ਕੇ ਅਸੀਂ ਆਉਂਦੇ ਰਹਿੰਦੇ ਹਾਂ।